नमस्कार दोस्तों, मैं हाँ कंचन अरोरा द फैक्ट इज तुहाडा स्वागत करदी हाँ। मिलते हैं कुछ लोगों नू जो कि संत गुरमीत राम रहीम सिंह जी बारे सानू दसनगे कि किद्दा दे ने एक संत गुरमीत राम रहीम सिंह जी किद्दा दा है डेरा सच्चा सौदा। नमस्कार मैम, की नाम है तुहाडा? बिमला देवी। किन्ने टाइम तो तुसी डेरा सच्चा सौदा नाल जुड़े हो? सानू हो गए 10-15 साल जुड़े हैं। ਤੁਸੀਂ 15 ਸਾਲ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋ, ਤਾਂ ਕੀ ਜਾਣਦੇ ਹੋ ਡੇਰਾ ਸੱਚਾ ਸੌਦਾ ਬਾਰੇ, ਤੁਹਾਡੇ ਗੁਰੂ ਜੀ ਬਾਰੇ? ਸਾਡੇ ਗੁਰੂ ਜੀ ਬਹੁਤ ਅੱਛੇ ਆ, ਬਹੁਤ ਵਧੀਆ ਸੰਸਕਾਰ ਦਿੰਦੇ ਆ, ਪਰ ਅਸੀਂ ਇੱਦਾਂ ਦਾ ਕੋਈ ਕੰਮ ਨਹੀਂ ਇੱਥੇ ਦੇਖਿਆ ਜਿੱਦਾਂ ਦੁਨੀਆ ਬੋਲ ਰਹੀ ਹੈ। ਅਸੀਂ ਤਾਂ ਬਹੁਤ ਕੁਝ ਸੁਣਿਆ। ਬਹੁਤ ਵਧੀਆ, ਨਹੀਂ ਇਹ ਐਸੀ ਕੋਈ ਗੱਲ ਨਹੀਂ, ਵਧੀਆ ਡੇਰਾ ਚੱਲ ਰਿਹਾ, ਵਧੀਆ ਸੰਸਕਾਰ ਦਿੰਦੇ ਆ, ਵਧੀਆ ਸਭ ਕੁਝ ਚੱਲ ਰਿਹਾ ਹੈ। ਜਿਵੇਂ ਭਲਾਈ ਦਾ ਕੰਮ ਬਹੁਤ ਕਰਦੇ ਆ। ਕਿਵੇਂ, ਕੋਈ ਉਦਾਹਰਣ ਦਿਓ ਕਿੱਦਾਂ ਦੇ ਭਲਾਈ ਦੇ ਕੰਮ ਇੱਥੇ ਹੁੰਦੇ ਆ? ਜਿਵੇਂ ਗਰੀਬਾਂ ਦੀਆਂ ਬੇਟੀਆਂ ਵਿਆਹਦੇ ਆ, ਗਰੀਬਾਂ ਨੂੰ ਕਮਰੇ ਬਣਾ ਕੇ ਦਿੰਦੇ ਆ, ਬੇਸਬਨ ਲਿਆ ਕੇ ਉਹਨਾਂ ਨੂੰ ਬੇਟੀਆਂ ਬਣਾ ਕੇ ਉਹਨਾਂ ਨੂੰ ਆਪਣਾ ਪਿਆਰ ਦਿੰਦੇ ਆ, ਜਾਣ ਕੇ ਬਹੁਤ ਇੱਦਾਂ ਦੇ ਕੰਮ ਬਹੁਤ ਕਰਦੇ ਆ। ਪਰ ਮੈਡਮ, ਜਿਹੜਾ ਅਸੀਂ ਸੁਣਿਆ ਮੀਡੀਆ ਦੇ ਵਿੱਚ, ਉਹ ਤਾਂ ਇਹ ਗੱਲਾਂ ਕੁਛ ਵੀ ਨਹੀਂ ਸੀ ਜੋ ਤੁਸੀਂ ਦੱਸੀ ਹੈ। ਅਸੀਂ ਤਾਂ ਬਹੁਤ ਕੁਛ ਇਸ ਦੇ ਜਮ੍ਹਾਂ ਓਪੋਜ਼ਿਟ ਸੁਣਿਆ, ਕਿ ਉਹ ਗੱਲਾਂ ਸੱਚ ਨੇ ਜਿਹੜੀਆਂ ਅਸੀਂ ਸੁਣੀਆਂ? ਸਭ ਗਲਤ ਹੈ ਮੈਡਮ, ਕੁਛ ਤਾਂ ਹੋਊਗਾ ਨਾ ਜਿਹੜਾ ਅਸੀਂ ਇੰਨਾ ਕੁਛ ਸੁਣ ਲਿਆ? ਨਹੀਂ ਨਹੀਂ, ਇਹ ਸਭ ਲੋਕ ਨਾ ਬੋਲਦੇ ਗਲਤ, ਵੈਸੇ ਗੱਲਾਂ ਇਹ ਨਹੀਂ ਹੈਗੀਆਂ ਇੱਥੇ। ਕਿੰਨਾ ਵਿਸ਼ਵਾਸ ਕਰਦੇ ਤੁਸੀਂ ਆਪਦੇ ਗੁਰੂ 'ਤੇ? ਬਹੁਤ ਜ਼ਿਆਦਾ। ਤੁਸੀਂ ਡੇਰਾ ਸੱਚਾ ਸੌਦਾ ਦੇ ਵਿੱਚ ਆਉਂਦੇ ਹੋ, ਤੁਸੀਂ ਤੁਹਾਡੀਆਂ ਕੁੜੀਆਂ ਵੀ ਤੁਹਾਡੇ ਨਾਲ ਆਉਂਦੀਆਂ ਹੋਣੀਆਂ, ਤੁਹਾਡੀਆਂ ਬਹੂਆਂ ਵੀ ਤੁਹਾਡੇ ਨਾਲ ਆਉਂਦੀਆਂ ਹੋਣੀਆਂ, ਤਾਂ ਤੁਸੀਂ ਕਿੰਨੇ ਸੇਫ, ਕਿੰਨੇ ਸੁਰੱਖਿਅਤ ਫੀਲ ਕਰਦੇ ਹੋ ਅਤੇ ਕਿੰਨਾ ਸੁਰੱਖਿਅਤ ਰਹਿੰਦੇ ਹੋ? ਇੰਨਾ ਨਾ ਅਸੀਂ ਆਪਣੇ ਦਾ ਸਾਡਾ ਬਾਪ ਨਾ ਘਰ ਉਹਦੇ ਕੋਲ ਬਹਿੰਦੇ, ਜਿੰਨਾ ਅਸੀਂ ਇੱਥੇ ਵਧੀਆ ਰਹਿੰਦੇ ਹਾਂ, ਵਧੀਆ ਸੰਸਕਾਰ ਮਿਲਦੇ ਆ, ਵਧੀਆ ਸਭ ਕੁਛ ਮਿਲਦਾ ਸਾਨੂੰ ਇੱਥੇ। ਇਹਨਾਂ ਦਾ ਕਹਿਣਾ ਕਿ ਇੱਦਾਂ ਦੇ ਸੰਸਕਾਰ ਸਾਨੂੰ ਆਪਦੇ ਘਰ 'ਚ ਨਹੀਂ ਮਿਲਦੇ ਜਿੱਦਾਂ ਦੇ ਇਹਨਾਂ ਨੂੰ ਡੇਰਾ ਸੱਚਾ ਸੌਦਾ 'ਚ ਮਿਲਦੇ ਆ। ਇੱਕ ਗੱਲ ਹੋਰ ਦੱਸੋ ਕਿ ਬਾਬਾ ਦੇ ਰਹਿਣ ਸਹਿਣ ਜੋ ਤੁਹਾਡੇ ਗੁਰੂ ਹੈ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੈ, ਕਿਵੇਂ ਰਹਿੰਦੇ ਹੋ? ਵਧੀਆ ਰਹਿੰਦੇ, ਜਿੱਦਾਂ ਰਹਿੰਦੇ ਹੀ ਹੈ ਗੁਰੂ। ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਤੁਹਾਡੇ ਗੁਰੂ ਜੀ ਬਾਰੇ? ਸਰਕਾਰ ਤਾਂ ਬਹੁਤ ਕੁਛ ਬੋਲਦੀ ਹੈ, ਪਰ ਅਸੀਂ ਸਰਕਾਰ ਪਰ ਵਿਸ਼ਵਾਸ ਨਹੀਂ ਕਰਦੇ। ਬੇਨਤੀ ਕੀ ਕਰਨਾ ਚਾਹੋਗੇ ਸਰਕਾਰ ਨੂੰ? ਸਰਕਾਰ ਮੋਰੇ ਬੇਨਤੀ ਅਸੀਂ ਇਹੀ ਕਰਨਾ ਚਾਹੁੰਦੇ ਹਾਂ ਵੀ ਜੋ ਸਾਡੇ ਗੁਰੂ ਪਰ ਉਹਨਾਂ ਨੇ ਇਲਜ਼ਾਮ ਲਾਏ ਆ ਸਭ ਝੂਠੇ ਆ, ਵੀ ਉਹਨਾਂ ਨੂੰ ਜਲਦੀ ਜਲਦੀ ਬਾਹਰ ਲਿਆਉਣਾ ਚਾਹੀਦਾ ਹੈ। ਧੰਨਵਾਦ ਮੈਡਮ, ਤੁਸੀਂ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਧੰਨਵਾਦ ਦੋਸਤੋ, ਤੁਸੀਂ ਵੀ ਇਹਨਾਂ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ। ਤੁਸੀਂ ਇਹਨਾਂ ਵਿਚਾਰਾਂ 'ਤੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ।